ਸਪਾਈਨਲ ਕੋਰਡ ਇੰਜਰੀ ਦਾ ਇਲਾਜ ਆਇਆ ਨਹੀਂ ਹੈ, ਹੈ ਨਾ। ਪਖੰਡਵਾਦ ਦੇ ਨਾਮ 'ਤੇ ਇਹਨਾਂ ਨੇ ਗੰਦ ਪਾਇਆ ਹੋਇਆ ਪੂਰੇ ਪੰਜਾਬ 'ਚ। ਗੁਰੂ ਪਾਤਸ਼ਾਹ ਨੇ ਸਾਡੇ ਲਈ ਆਪਣੇ ਬੱਚੇ ਵਾਰ ਅਤੇ ਪਰਿਵਾਰ ਵਾਰਤਾ, ਆਪਾਂ ਥੋੜ੍ਹਾ ਜਿਹਾ ਬੱਚੇ ਦੀ ਲੱਤਾਂ ਖੜ ਗਈਆਂ ਤਾਂ ਆਪਾਂ ਦੂਜੇ ਪਾਸੇ ਤੁਰ ਪਏ। ਫਸਟ ਆਇਆ ਸੀਗਾ, ਕਿਆ ਕਹਿੰਦਾ? ਠੀਕ ਹੋ ਜਾਊਗੇ, ਹਾਂ ਸੰਗਤ 'ਤੇ ਆਇਆ, ਸੰਗਤ 'ਤੇ ਆਇਆ ਸੀ ਫਿਰ ਠੀਕ ਹੋਏ। ਜਿੱਥੇ ਰੀੜ ਦੀ ਅੱਧੀ ਸੱਤ ਵੱਜੀ ਹੋਵੇ, ਪੇਸ਼ੈਂਟ ਜ਼ਖਮਾਂ 'ਚ ਪਿਆ ਹੁੰਦਾ ਨਾ, ਜਾਂ ਇੱਥੇ ਅਨਪੜ੍ਹਤਾ ਹੁੰਦੀ ਹੈ, ਉੱਥੇ ਇਹ ਪਹੁੰਚ ਜਾਂਦੇ ਹੈ। ਸੰਗਤ ਜੀ, ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ। ਵੀਡੀਓ ਸਾਡੇ ਸਾਂਝੇ ਕਰਦੇ ਰਹੋ, ਇਹਨਾਂ ਦੇ ਮੂੰਹ 'ਤੇ ਕੱਲੀ ਕੱਲੀ ਚਪੇੜ ਹੋਊਗੀ ਤੁਹਾਡੇ ਵੀਡੀਓ ਸਾਂਝੇ ਕੀਤੇ ਹੋਏ ਨਾ। ਨੰਬਰ ਦੇ ਦਿਓ, ਮੈਂ ਫੋਨ ਕਰਨਾ। ਸੰਗਤ ਜੀ, ਜ਼ਿਲ੍ਹਾ ਫਰੀਦਕੋਟ ਚੱਕ ਗਾਂਧਾ ਸੇ ਖੜੇ ਆ ਨਾ, ਹੁਣ ਤੁਹਾਡਾ ਵੀਡੀਓ ਸ਼ੇਅਰ ਕਰਨਾ ਕਿਉਂ ਜ਼ਰੂਰੀ ਹੈ? ਕਿਉਂਕਿ ਇਹ ਉੱਥੇ ਵੜਦੇ ਆ ਜਿੱਥੇ ਬੇਹੱਦ ਗਰੀਬੀ ਹੋਵੇ ਔਰ ਸੱਟ ਵੱਜੀ ਹੋਵੇ, ਹੈ ਨਾ। ਮੈਨੂੰ ਗੱਲ ਦੱਸੋ, ਕਿੰਨੇ ਸਾਲ ਹੋ ਗਏ ਸੱਟ ਵੱਜੇ? 10 ਸਾਲ ਜੀ। ਹਾਂ 10 ਸਾਲ ਹੋ ਗਏ। 10 ਸਾਲ ਤੋਂ ਬਿਸਤਰ ਤੇ ਹੀ ਪਏ ਹੋ? ਹਾਂਜੀ। ਪਤਨੀ? ਉਹ ਛੱਡ ਕੇ ਚਲੇ ਗਏ, ਸ਼ੁਰੂ 'ਚ ਛੱਡ ਗਈ ਸੀ। ਹਾਂਜੀ। ਇਹ ਹਾਲਾਤ ਹੋ ਜਾਂਦੇ ਜਾਂ ਰੀੜ ਦੀ ਹੱਡੀ ਸੱਟ ਵੱਜਦੀ ਹੈ ਨਾ। ਹੁਣ ਇਹਨਾਂ ਦੇ ਨੇੜੇ ਇੱਕ ਪੇਸ਼ੈਂਟ ਹੈ ਦਰਬਾਰਾ ਸਿੰਘ, ਉਹ ਸਾਡੇ ਕੋਲ 5 ਸਾਲ ਪਹਿਲਾਂ ਆਇਆ ਸੀ, ਹੁਣੇ ਉਹਨੂੰ ਮਿਲ ਕੇ ਆਏ ਹਾਂ। ਪੂਰੇ ਪਿੰਡ 'ਚ ਫ੍ਰੀ ਫਿਰਦਾ, ਆਪਣੇ ਬਜ਼ੁਰਗ ਮਾਂ ਬਾਪ ਨੂੰ ਵੀ ਦੇਖਦਾ। 5 ਸਾਲ ਪਹਿਲਾਂ ਆਇਆ ਸੀ, ਬੜਾ ਹੀ ਪੋਜ਼ਿਟਿਵ ਆਊਟਕਮ ਲੱਗਦਾ, ਬੜਾ ਚੰਗਾ ਲੱਗਦਾ ਦੇਖ ਕੇ ਨਾ, ਬੜੀ ਸਕਸੈਸ ਸਟੋਰੀ ਹੈ ਉਹਦੀ ਦੇਖ ਕੇ ਨਾ। ਬਟ ਉੱਥੇ ਹੀ ਅਸੀਂ ਜਦ ਆ ਸਰਹੱਦੀ ਇਲਾਕੇ 'ਚ ਵੜਦੇ ਹਾਂ ਨਾ, ਅਸੀਂ ਉਹੀ ਦੇਖਦੇ ਹਾਂ, ਲੋਕ ਧਰਮ ਪਰਿਵਰਤਨ ਕਰ ਰਹੇ ਨੇ, ਉਹੀ ਪਖੰਡਵਾਦ ਦੇ ਵਿੱਚ ਉਲਝੇ ਹੋਏ ਨੇ। ਧਰਮ ਦੇ ਨਾਮ 'ਤੇ ਹੋ ਕਿਆ ਰਿਹਾ ਨਾ, ਇਹਨਾਂ ਕੋਲ ਡੇਟਾ ਬੜਾ ਤਗੜਾ ਹੈ, ਉੱਥੇ ਪਹੁੰਚ ਜਾਂਦੇ ਜਿੱਥੇ ਸੱਟ ਵੱਜੀ ਹੋਵੇ ਨਾ। ਇਹ ਅਸੀਂ ਵਾਰ ਵਾਰ ਦੇਖਦੇ ਹਾਂ, ਜਿੱਥੇ ਰੀੜ ਦੀ ਹੱਡੀ ਸੱਟ ਵੱਜੀ ਹੋਵੇ, ਪੇਸ਼ੈਂਟ ਜ਼ਖਮਾਂ 'ਚ ਪਿਆ ਹੁੰਦਾ ਨਾ, ਜਾਂ ਜਿੱਥੇ ਅਨਪੜ੍ਹਤਾ ਹੁੰਦੀ ਹੈ, ਉੱਥੇ ਇਹ ਪਹੁੰਚ ਜਾਂਦੇ ਹੈ। ਮੈਨੂੰ ਗੱਲ ਦੱਸੋ, ਇਹ ਤੁਹਾਡੇ ਕੋਲ ਚੜ ਚੜ ਕਿਵੇਂ ਪਹੁੰਚੇ? ਦੱਸੋ ਬੱਚੇ। ਪਾਸਟਰ ਆਇਆ ਸੀਗਾ ਜੀ। ਹਾਂ ਪਾਸਟਰ ਆਇਆ ਸੀਗਾ ਜੀ, ਉਹ ਕਹਿੰਦੇ ਵੀ ਪਾਸਟਰ ਆਇਆ ਸੀਗਾ। ਹਾਂਜੀ। ਕਿਆ ਕਹਿੰਦਾ? ਕਹਿੰਦਾ ਠੀਕ ਹੋ ਜਾਊਗੇ ਤੁਸੀਂ, ਠੀਕ ਹੋ ਜਾਓਗੇ, ਹਾਂ ਸੰਗਤ 'ਤੇ ਆਇਆ ਕਰੋ, ਸੰਗਤ 'ਤੇ ਆਇਆ ਕਰੋ, ਜੋ ਫਰਾਈਡੇ ਪ੍ਰੇਅਰਸ ਹੁੰਦੀਆਂ ਉਹਦੀ ਗੱਲ ਕਰ ਰਹੇ ਹਾਂ। ਫਿਰ ਠੀਕ ਹੋਏ? ਜਾਂਦੇ ਸੀਗੇ? ਜਾਂਦੇ ਸੀ। ਹਾਂ ਜਾਂਦੇ, ਕੋਈ ਗੱਲ ਨਹੀਂ, ਭਟਕਾਵ ਆ ਜਾਂਦਾ ਹੈ, ਮੈਂ ਸਮਝਦਾ। ਦੁਖੀ ਹੋਏ, ਦੁਖੀ ਹੋਏ ਬੰਦਾ ਨਾ, ਦੁਖੀ ਹੋਏ ਬੰਦਾ ਹਰ ਜਗ੍ਹਾ ਕੋਸ਼ਿਸ਼ ਕਰਦਾ ਹੈ। ਪਿਛੜਾ ਪੁੱਤ ਇੱਥੋਂ ਬਾਜੇ, ਇੱਥੋਂ ਬਾਜੇ। ਹਾਂ ਇਸੇ ਆ ਕੇ ਇੱਥੋਂ ਵਿਚਾਰਾ ਕਰੇ, ਬਾਜੀ ਜਾਵੇ, ਹੋ ਜਾਵੇ, ਆ ਲੱਤਾਂ ਦਾ ਨਹੀਂ ਪਤਾ ਲੱਗਦਾ, ਆਪਦੇ ਪਿਸ਼ਾਬ ਦਾ ਵੀ ਨਹੀਂ, ਆਪਦੇ ਆਪ ਦਾ ਵੀ ਨਹੀਂ ਪਤਾ। ਇਹ ਮੁਕਤਸਰ ਸਾਹਿਬ ਦੀ ਧਰਤੀ ਹੈ, 40 ਮੁਕਤੇ, ਹੈ ਨਾ, ਜਿੱਥੇ ਇੱਥੇ ਉਹ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਹੈ, ਜਿੱਥੇ ਦਸਮ ਪਿਤਾ ਨੇ ਘੋੜਾ ਬੰਨਿਆ ਸੀ ਆਪਣਾ, ਹੈ ਨਾ। ਮਤਲਬ ਫਿਰ ਐਂ ਨਹੀਂ ਲੱਗਦਾ ਕਿ ਜੇ ਤੁਸੀਂ ਆਪਣੇ ਮਾੜੀ ਜਿਹੀ ਸੱਟ ਨੂੰ ਐਂ ਸੋਚਦੇ ਉੱਥੇ ਠੀਕ ਹੋ ਜਾਂਦਾ ਤਾਂ ਆਪਾਂ ਉਹ ਕੰਮ ਕਰਨ ਲੱਗ ਜਾਈਏ? ਤੁਹਾਡਾ ਪਤਾ ਹੀ ਨਹੀਂ ਸੀ ਜੀ ਸਾਨੂੰ, ਮੁੰਡੇ ਨੇ ਉਸਨੇ ਫੋਨ ਹੀ ਦੱਸਿਆ। ਫਿਰ ਵੀ ਗੁਰੂ ਪਾਤਸ਼ਾਹ ਨੇ ਸਾਡੇ ਲਈ ਆਪਣੇ ਬੱਚੇ ਵਾਰ ਤੇ ਪਰਿਵਾਰ ਵਾਰਤਾ, ਆਪਾਂ ਥੋੜਾ ਜਿਹਾ ਬੱਚੇ ਦੀ ਲੱਤਾਂ ਖੜ ਗਈਆਂ ਤਾਂ ਆਪਾਂ ਦੂਜੇ ਪਾਸੇ ਤੁਰ ਪਏ। ਥੋੜਾ ਜਿਹਾ ਕਿਉਂ, ਪਿਸ਼ਾਬ ਲੈਟਰੀ ਦਾ ਵੀ ਨਹੀਂ ਪਤਾ ਲੱਗਦਾ ਜੀ। ਮੈਨੂੰ ਪਤਾ ਹੈ, ਜੋ ਮਰਜ਼ੀ ਹੋਵੇ, ਬੰਦ ਬੰਦ ਕਟਾ ਕੇ ਸਰਦਾਰੀਆਂ ਮਿਲੀਆਂ ਨੇ। ਬਹੁਤ ਦੁਖੀ ਆ ਮੈਂ, ਸਾਂਭੀ ਸਾਡੇ ਨਾਲ ਚੱਲਿਓ, ਤੁਹਾਨੂੰ ਦੁੱਖ ਦਿਖਾਉਣਾ ਮੈਂ, ਤੁਸੀਂ ਕਹੋਗੇ ਮੈਂ ਬਹੁਤ ਸੁਖੀ ਆ, ਸਾਡੇ ਨਾਲ ਚੱਲਿਓ ਨਾ। ਹੁਣ ਤੁਹਾਨੂੰ ਮੈਂ ਦਿਖਾਉਂਗਾ ਦੁੱਖ ਕਿਆ ਹੁੰਦੇ ਆ, ਤੁਹਾਨੂੰ ਮੈਂ ਹੁਣ ਸਾਡੇ ਨਾਲ ਚੱਲਿਓ ਨਾ, ਤੁਹਾਨੂੰ ਮੈਂ ਦੁੱਖ ਦਿਖਾਉਂਗਾ, ਤੁਸੀਂ ਕਹੋਗੇ ਮੇਰਾ ਮੁੰਡਾ ਤਾਂ ਬਹੁਤ ਸੁਖੀ ਹੈ, ਤੁਹਾਨੂੰ ਮੈਂ ਦਿਖਾਉਂਗਾ ਉੱਥੇ।
ਬੱਚੇ ਫਿਰ ਠੀਕ ਨਹੀਂ ਹੋਏ ਇੱਥੇ? ਨਹੀਂ। ਹਾਂ ਕਿੰਨੇ ਟਾਈਮ ਜਾਂਦੇ ਰਹੇ? ਬਸ ਇੱਕ ਮਿੰਟ ਮੈਨੂੰ ਗਾ, ਇੱਕ ਮਿੰਟ ਗੱਲ ਕਰ, ਕਿੰਨੇ ਟਾਈਮ ਜਾਂਦੇ ਰਹੇ? 2 ਸਾਲ ਹੋ ਗਏ। ਹਾਂ ਉੱਚਾ ਬੋਲੋ। 2-3 ਸਾਲ ਹੋ ਗਏ। 2-3 ਸਾਲ ਗਏ ਔਰ ਠੀਕ ਨਹੀਂ ਹੋਏ? ਨਹੀਂ। ਕਿਆ ਕਹਿੰਦੇ ਕਿਉਂ ਨਹੀਂ ਠੀਕ ਹੋ ਰਹੇ? ਪੁੱਛਿਆ ਮੈਂ, ਠੀਕ ਨਹੀਂ ਹੋ ਰਿਹਾ? ਨਹੀਂ, ਉਹ ਕਹਿੰਦੇ ਵੀ ਆਪਣੇ ਆਪ ਹੀ ਠੀਕ ਹੋ ਜਾਊਗੇ, ਸੰਗ ਆਪਣੇ ਆਪ ਹੀ ਠੀਕ ਹੋ ਜਾਓਗੇ। ਹੈਂ ਸਪਾਈਨਲ ਕੋਰਡ ਇੰਜਰੀ ਦਾ ਇਲਾਜ ਆਇਆ ਨਹੀਂ ਹੈ, ਹੈ ਨਾ? ਪਖੰਡਵਾਦ ਦੇ ਨਾਮ ਤੇ ਇਹਨਾਂ ਨੇ ਗੰਦ ਪਾਇਆ ਹੋਇਆ ਪੂਰੇ ਪੰਜਾਬ ਚ। ਫਰੀਦਕੋਟ ਜਿਹੜੇ ਸਰਹੱਦੀ ਇਲਾਕੇ ਹੈ ਨਾ, ਇੱਥੇ ਜ਼ਿਆਦਾ ਟਾਰਗੇਟ ਕਰਦੇ ਆ, ਕਿਉਂਕਿ ਲਿਟਰੇਸੀ ਰੇਟ ਘੱਟ ਹੁੰਦਾ, ਪਾਵਰਟੀ ਰਿਡਨ ਕੰਡੀਸ਼ਨਸ ਹੁੰਦੀਆਂ ਨੇ, ਅਨਪੜ੍ਹਤਾ ਔਰ ਧਰਮ ਪਰਿਵਰਤਨ ਕਰਨਾ ਸੌਖਾ ਹੋ ਜਾਂਦਾ। ਤੁਹਾਡੇ ਪਿੰਡ 'ਚ ਕਿੰਨੇ ਕੁ ਲੋਕਾਂ ਨੇ ਇਹ ਕੰਮ ਕੀਤਾ ਹੋਇਆ? ਹੈਗੇ ਹੈ 5-4 ਘਰ ਹੈਗੇ। ਟਾਵੇਂ ਟਾਵੇਂ ਘਰ ਨੇ, ਪੂਰਾ ਪਿੰਡ ਨਹੀਂ ਹੈ ਅਜੇ। ਹੁਣ ਜਦੋਂ ਇਹ ਠੀਕ ਹੋ ਗਿਆ ਤੁਹਾਡੇ ਕੋਲ, ਤੁਹਾਡੇ ਸਾਨੂੰ ਕਿੰਨਾ ਪੁੱਛਣਗੇ, ਅਸੀਂ ਦੱਸਾਂਗੇ, ਉੱਥੇ ਜਾਓ। ਮਾਤਾ ਜੀ, ਇਹ ਸਿੱਖ ਸੰਗਤਾਂ ਦਾ ਪੈਸਾ ਲੱਗ ਰਿਹਾ, ਲੱਖਾਂ ਰੁਪਏ ਲਾਉਣਾ ਇਹਦੇ ਉੱਪਰ। ਅਸੀਂ ਕੋਈ ਪਖੰਡਵਾਦ ਨਹੀਂ ਕਰਨਾ, ਅਸੀਂ ਮੈਡੀਕਲ ਸਾਇੰਸ ਦੇ ਨਾਲ ਠੀਕ ਕਰਨਾ ਇਹਨੂੰ। ਅਸੀਂ ਕੋਈ ਜਾਦੂ ਮੰਤਰ ਨਹੀਂ ਕਰਦੇ ਫਾਇਰ ਵਾਲੇ। ਸੰਗਤ ਜੀ, ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ। ਵੀਡੀਓ ਸਾਡੇ ਸਾਂਝੇ ਕਰਦੇ ਰਹੋ, ਇਹਨਾਂ ਦੇ ਮੂੰਹ ਤੇ ਕੱਲੀ ਕੱਲੀ ਚਪੇੜ ਹੁੰਦੀ, ਤੁਹਾਡੇ ਵੀਡੀਓ ਸਾਂਝੇ ਕੀਤੇ ਹੋਏ ਨਾ। 2200 ਕਰੋੜ ਰੁਪਏ ਬਜਟ ਹੈ PGI ਦਾ, 2200 ਕਰੋੜ, ਹੈ ਨਾ? ਉਹਦੀ ਕਿਆ ਲੋੜ ਹੈ? ਇਹੀ ਠੀਕ ਕਰ ਦਿੰਦੇ ਸਾਰਾ ਕੁਛ ਜਾਦੂ ਮੰਤਰ ਔਰ ਫਾਇਰ ਦੇ ਨਾਲ? ਮਾਤਾ ਜੀ, ਸਾਰੇ ਪਖੰਡਵਾਦ ਚੱਲ ਰਹੇ ਹੈ, ਸਭ ਡਰਾਮੇ ਚੱਲਦੇ ਹੈ। ਤੁਹਾਡੇ ਵਰਗੇ ਭਟਕੇ ਹੋਏ ਲੋਕ ਉੱਥੇ ਬਥੇਰੇ ਪਹੁੰਚਦੇ ਹੈ, ਜਿਹੜੇ ਧੱਕੇ ਖਾ ਖਾ ਕੇ ਇਹਨਾਂ ਕੋਲ ਪਹੁੰਚੇ। ਪਤਾ ਜਦੋਂ ਲੱਗ ਜੇ ਸਾਨੂੰ ਉਦੋਂ ਦੇ ਪਤਾ ਲੱਗ ਜਾਂਦਾ ਨਾ, ਕਿਤੇ ਮੁੰਡਾ ਦੱਸ ਦਿੰਦਾ ਇਹ ਵੀ ਰੇੜਾ ਲੈ ਕੇ ਜਾਂਦਾ ਸੀ, ਉਹਨਾਂ ਨੇ ਦੱਸਿਆ ਉਹਨਾਂ ਮੈਂ ਠੀਕ ਹੋ ਗਿਆ। ਸਾਰਾ ਟੱਬਰ ਜਾਂਦਾ ਹੁਣ? ਹਾਂ, ਤੁਸੀਂ ਸੰਗਤ ਕਰਨ? ਨਾ, ਅਸੀਂ ਕਿੱਥੋਂ, ਇਹ ਗਿਆ ਸੀ ਸੁਰ, ਇਹਦਾ ਵੀ ਮੈਂ ਹੀ ਥੋ, ਇਹਨਾਂ ਦੇ ਤੂੰ ਵੀ ਚੱਲ ਬੜੇ, ਤੂੰ ਵੀ ਠੀਕ ਹੋ ਜੀ। ਅਸੀਂ ਬੋਰ ਸਿੰਘ, ਤੁਹਾਡੇ ਕੋ ਕੌਣ ਲੈ ਗਿਆ ਤੁਹਾਨੂੰ? ਓਹੀ ਉਹ ਜਿਵੇਂ ਕੋਈ ਦੱਸੋ ਯਾਰ, ਕੌਣ ਲੈ ਗਿਆ? ਭੈਣ ਵੀ, ਭੈਣ ਨੂੰ ਲੈ ਕੇ ਗਿਆ ਸੀ। ਭੈਣ ਨੂੰ ਲੈ ਕੇ ਸੀ ਜੀ? ਭੈਣ ਨੂੰ ਕੌਣ ਲੈ ਗਿਆ? ਉਹ ਪਾਸਟਰ ਹੀ ਹੈ ਜੀ ਉਹਨਾਂ ਦਾ। ਉਹ ਪਾਸਟਰ ਆ ਜਾਂਦਾ ਘਰੇ? ਹਾਂ, ਨੰਬਰ ਹੈਗਾ? ਨੰਬਰ ਮੈਂ ਡਿਲੀਟ ਕਰਤਾ ਜੀ ਹੁਣ ਤਾਂ। ਝੂਠ ਨਾ ਬੋਲ, ਨੰਬਰ ਦੇ ਨਾ, ਕਰਤੇ ਡਿਲੀਟ। ਮੈਂ ਫੋਨ ਕਰਨਾ 39867। ਹਾਂਜੀ, ਕੀ ਨਾਮ ਹੈ ਤਾਂ?